हेलो फ्रेंड्स, ਸਾਡੇ ਇਸ YouTube ਚੈਨਲ ਦੀ ਸਟੱਡੀ ਮੀਟੇ ਤੇ ਤੁਹਾਡਾ ਸਵਾਗਤ ਹੈ। ਇਸ ਵੀਡੀਓ ਵਿੱਚ ਆਪਾਂ ਜੋ ਪੰਜਾਬੀ ਵਿਆਕਰਨ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ, ਉਸ ਦਾ 17ਵਾਂ ਭਾਗ ਕਰਾਂਗੇ। ਇਸ ਤੋਂ ਪਿਛਲੀ ਵੀਡੀਓ ਵਿੱਚ ਆਪਾਂ ਸ਼ੁੱਧ ਰੂਪ ਬਾਰੇ ਪੜ੍ਹਿਆ ਅਤੇ ਉਸ ਰਿਲੇਟਿਡ ਜੋ ਵੀ ਪੰਜਾਬ ਦੇ ਪ੍ਰੀਵੀਅਸ ਈਅਰ ਐਗਜ਼ਾਮਸ ਵਿੱਚ ਕੁਐਸਚਨ ਪੁੱਛੇ ਗਏ ਸੀ ਉਹ ਦੇਖੇ। ਇਸ ਵੀਡੀਓ ਵਿੱਚ ਆਪਾਂ ਲਿੰਗ ਅਤੇ ਵਚਨ ਬਾਰੇ ਪੜ੍ਹਾਂਗੇ। ਪਿਛਲੀ ਵੀਡੀਓਜ਼ ਦੀ ਤਰ੍ਹਾਂ ਇਸ ਵੀਡੀਓ ਵਿੱਚ ਵੀ ਪ੍ਰੀਵੀਅਸ ਈਅਰ ਐਗਜ਼ਾਮ ਦੇ ਕੁਐਸਚਨ ਟੌਪਿਕ ਵਾਈਜ਼ ਇੰਕਲੂਡ ਕੀਤੇ ਗਏ ਹੈ। ਇਸ ਵਿੱਚ ਜਿਹੜੇ ਵੀ ਮੈਂ ਕੁਐਸਚਨ ਦੱਸੂੰਗੀ ਉਹ ਐਜ਼ ਇਟ ਇਜ਼ ਪੰਜਾਬ ਦੇ ਐਗਜ਼ਾਮ ਦੇ ਵਿੱਚ ਪੁੱਛੇ ਜਾ ਚੁੱਕੇ ਹੈ। ਤਾਂ ਪਹਿਲਾਂ ਆਪਾਂ ਪੜ੍ਹਦੇ ਹਾਂ ਲਿੰਗ ਦੇ ਬਾਰੇ। ਹੁਣ ਲਿੰਗ ਕੀ ਹੁੰਦਾ ਹੈ? ਲਿੰਗ ਹੈ ਜਿਸ ਰਾਹੀਂ ਸਾਨੂੰ ਇਸਤਰੀ ਲਿੰਗ ਅਤੇ ਪੁਲਿੰਗ ਦਾ ਫਰਕ ਪਤਾ ਲੱਗਦਾ ਹੈ, ਜਾਂ ਆਪਾਂ ਕਹਿ ਸਕਦੇ ਹਾਂ ਕਿ ਨਰ ਅਤੇ ਮਾਦਾ ਦੇ ਵਿੱਚ ਫਰਕ ਪਤਾ ਕਰਨ ਵਾਲੇ ਨੂੰ ਲਿੰਗ ਕਿਹਾ ਜਾਂਦਾ ਹੈ। ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਪ੍ਰੀਵੀਅਸ ਈਅਰ ਐਗਜ਼ਾਮ ਦੇ ਵਿੱਚ ਇਸ ਰਿਲੇਟਿਡ ਕਿਹੜੇ ਕੁਐਸਚਨ ਪੁੱਛੇ ਜਾ ਚੁੱਕੇ ਹੈ। ਨਰ ਅਤੇ ਮਾਦਾ ਦੇ ਅੰਤਰ ਨੂੰ ਪੰਜਾਬੀ ਵਿਆਕਰਨ ਵਿੱਚ ਕੀ ਕਿਹਾ ਜਾਂਦਾ ਹੈ? ਜਿਵੇਂ ਕਿ ਆਪਾਂ ਹੁਣੀ ਗੱਲ ਕੀਤੀ ਕਿ ਨਰ ਅਤੇ ਮਾਦਾ ਦੇ ਅੰਤਰ ਨੂੰ ਪੰਜਾਬੀ ਵਿਆਕਰਨ ਦੇ ਵਿੱਚ ਲਿੰਗ ਕਿਹਾ ਜਾਂਦਾ ਹੈ, ਤਾਂ ਇਸ ਦਾ ਆਨਸਰ ਆ ਗਿਆ ਲਿੰਗ ਭੇਦ। ਇਹ ਕੁਐਸਚਨ ਸੀਨੀਅਰ ਅਸਿਸਟੈਂਟ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਨੈਕਸਟ ਕੁਐਸਚਨ ਹੈ ਸਹੇਲੀ ਦਾ ਪੁਲਿੰਗ ਚੁਣੋ। ਸਹੇਲੀ ਹੋ ਗਈ ਇਸਤਰੀ ਲਿੰਗ, ਤਾਂ ਇਸਦਾ ਪੁਲਿੰਗ ਹੋ ਗਿਆ ਮਿੱਤਰ। ਇਹ ਕੁਐਸਚਨ ਵੀ ਸੀਨੀਅਰ ਅਸਿਸਟੈਂਟ ਦੇ ਐਗਜ਼ਾਮ ਵਿੱਚ ਪੁੱਛਿਆ ਜਾ ਚੁੱਕਿਆ ਹੈ। ਨੈਕਸਟ ਹੈ ਹੇਠਾਂ ਲਿਖੇ ਸ਼ਬਦ ਦਾ ਸਹੀ ਲਿੰਗ ਦੱਸੋ। ਕਸਾਈ, ਕਸਾਈ ਦਾ ਸਹੀ ਲਿੰਗ ਹੋ ਗਿਆ ਕਿਸਾਇਨ, ਜਿਹੜਾ ਕਿ ਈਡੀ ਆਪਸ਼ਨ ਦੇ ਵਿੱਚ ਦਿੱਤਾ ਹੋਇਆ, ਤਾਂ ਇਸਦਾ ਆਨਸਰ ਆ ਗਿਆ ਕਿਸਾਇਨ। ਇਹ ਕੁਐਸਚਨ ਐਸਏਐਸ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਨੈਕਸਟ ਹੈ ਹੇਠਾਂ ਲਿਖੇ ਸ਼ਬਦ ਦਾ ਸਹੀ ਲਿੰਗ ਦੱਸੋ। ਸੂਰਜ, ਹੁਣ ਸੂਰਜ ਦਾ ਲਿੰਗ ਕੀ ਹੋਏਗਾ? ਕਿਉਂਕਿ ਸੂਰਜ ਇੱਕੋ ਹੀ ਐਗਜ਼ਿਸਟ ਕਰਦਾ, ਤਾਂ ਇਸਦਾ ਆਨਸਰ ਆ ਗਿਆ ਇਹਨਾਂ ਵਿੱਚੋਂ ਕੋਈ ਵੀ ਨਹੀਂ। ਇਹ ਕੁਐਸਚਨ ਵੀ ਐਸਏਐਸ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਨੈਕਸਟ ਹੈ ਮਾਲਿਕ ਨੇ ਨੌਕਰ ਅਤੇ ਉਸਦੀ ਪਤਨੀ ਨੂੰ ਝਿੜਕਿਆ, ਆਪਾਂ ਨੇ ਇਹਦਾ ਲਿੰਗ ਬਦਲਣਾ। ਤਾਂ ਆਪਾਂ ਹਰ ਇੱਕ ਵਰਡ ਦਾ ਲਿੰਗ ਬਦਲਣਾ, ਜਿਵੇਂ ਮਾਲਕ ਦਾ ਹੋ ਗਿਆ ਮਾਲਕਨ, ਨੌਕਰ ਦਾ ਹੋ ਗਿਆ ਨੌਕਰਾਨੀ, ਪਤਨੀ ਦਾ ਹੋ ਗਿਆ ਪਤੀ। ਤਾਂ ਇਹਦੇ ਵਿੱਚ ਆਪਣੇ ਕੋਲ ਸਹੀ ਸੈਂਟੈਂਸ ਕੀ ਬਣਿਆ? ਮਾਲਕਨ ਨੇ ਨੌਕਰਾਨੀ ਅਤੇ ਉਸਦੇ ਪਤੀ ਨੂੰ ਝਿੜਕਿਆ, ਤਾਂ ਆਨਸਰ ਆ ਗਿਆ ਆੜਾ ਆਪਸ਼ਨ। ਇਹ ਕੁਐਸਚਨ ਵੇਰਕਾ ਕਲਰਕ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਨੈਕਸਟ ਹੈ ਪਾਪੀ ਸ਼ਬਦ ਦਾ ਇਸਤਰੀ ਲਿੰਗ ਕੀ ਹੈ? ਪਾਪੀ ਸ਼ਬਦ ਦਾ ਇਸਤਰੀ ਲਿੰਗ ਹੋ ਗਿਆ ਪਾਪਨ। ਨੈਕਸਟ ਹੈ ਪੁਲਿੰਗ ਇਸਤਰੀ ਲਿੰਗ ਦਾ ਕਿਹੜਾ ਜੁੱਟ ਸਹੀ ਨਹੀਂ ਹੈ? ਸੰਤ ਦਾ ਹੁੰਦਾ ਸੰਤਨੀ, ਲੜਕਾ ਲੜਕੀ, ਪਹਾੜ ਪਹਾੜੀ, ਤਾਂ ਬਟ ਇਹਨਾਂ ਨੇ ਦਿੱਤਾ ਰਾਜਪੁੱਤਰ ਰਾਣੀ, ਰਾਜਾ ਰਾਣੀ ਹੁੰਦਾ ਰਾਜਪੁੱਤਰ ਰਾਣੀ ਨਹੀਂ, ਠੀਕ ਹੈ? ਤਾਂ ਇਹਦਾ ਆਨਸਰ ਆ ਗਿਆ ਆੜਾ। ਇਹ ਕੁਐਸਚਨ ਲੈਕਚਰਰ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਨੈਕਸਟ ਹੈ ਬਾਜ ਸ਼ਬਦ ਦਾ ਸਹੀ ਇਸਤਰੀ ਲਿੰਗ ਦੱਸੋ। ਬਾਜ਼ ਦਾ ਇਸਤਰੀ ਲਿੰਗ ਬਾਜ਼ ਹੀ ਹੁੰਦਾ। ਇਹ ਕੁਐਸਚਨ ਪਟਵਾਰੀ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਨੈਕਸਟ ਹੈ ਪੁਲਿੰਗ ਇਸਤਰੀ ਲਿੰਗ ਦਾ ਕਿਹੜਾ ਜੁੱਟ ਸਹੀ ਨਹੀਂ ਹੈ? ਮੋਰ ਮੋਰਨੀ, ਜੇਠ ਜੇਠਾਨੀ, ਸੰਤ ਸੰਤਨੀ, ਇਹ ਤਿੰਨੋਂ ਠੀਕ ਹੈ, ਬਟ ਮੋਚੀ ਦਾ ਮੋਚਨੀ ਨਹੀਂ ਹੁੰਦਾ, ਮੋਚਨ ਹੁੰਦਾ, ਤਾਂ ਇਸਦਾ ਆਨਸਰ ਆ ਗਿਆ ਸੱਸਾ। ਇਹ ਕੁਐਸਚਨ ਇਲੈਕਸ਼ਨ ਕਾਨਗੋ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਨੈਕਸਟ ਹੈ ਚਕੋਰ ਸ਼ਬਦ ਦਾ ਇਸਤਰੀ ਲਿੰਗ ਹੈ। ਚਕੋਰ ਦਾ ਇਸਤਰੀ ਲਿੰਗ ਹੁੰਦਾ ਚਕੋਰਨੀ। ਇਹ ਕੁਐਸਚਨ ਅਸਿਸਟੈਂਟ ਸੇਲਸ ਆਫਿਸਰ ਦੇ ਐਗਜ਼ਾਮ ਵਿੱਚ ਪੁੱਛਿਆ ਜਾ ਚੁੱਕਿਆ ਹੈ। ਨੈਕਸਟ ਹੈ ਘੋੜਾ ਦਾ ਇਸਤਰੀ ਲਿੰਗ ਬਣਾਓ। ਘੋੜਾ ਘੋੜੀ, ਤਾਂ ਇਸਦਾ ਆਨਸਰ ਆ ਗਿਆ ਘੋੜੀ। ਨੈਕਸਟ ਹੈ ਪੰਜਾਬੀ ਭਾਸ਼ਾ ਵਿੱਚ ਲਿੰਗ ਦੀਆਂ ਕਿੰਨੀਆਂ ਕਿਸਮਾਂ ਹਨ? ਪੰਜਾਬੀ ਭਾਸ਼ਾ ਵਿੱਚ ਲਿੰਗ ਦੀਆਂ ਦੋ ਕਿਸਮਾਂ, ਇਸਤਰੀ ਲਿੰਗ ਅਤੇ ਪੁਲਿੰਗ। ਇਹ ਕੁਐਸਚਨ ਅਸਿਸਟੈਂਟ ਅਕਾਊਂਟੈਂਟ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਨੈਕਸਟ ਹੈ ਅਧਿਆਪਕ ਸ਼ਬਦ ਦਾ ਇਸਤਰੀ ਲਿੰਗ ਹੈ। ਅਧਿਆਪਕ ਦਾ ਇਸਤਰੀ ਲਿੰਗ ਹੈ ਅਧਿਆਪਿਕਾ।
ਲਿੰਗ ਅਨੁਸਾਰ ਪੰਜਾਬੀ ਸ਼ਬਦ ਦੇ ਕਿੰਨੇ ਭੇਦ ਹੁੰਦੇ ਹਨ? ਪੰਜਾਬੀ ਸ਼ਬਦ ਦੇ ਦੋ ਭੇਦ ਹੁੰਦੇ ਆ, ਲਿੰਗ ਅਨੁਸਾਰ ਇਸਤਰੀ ਲਿੰਗ ਤੇ ਪੁਲਿੰਗ। ਨੈਕਸਟ ਹੈ ਮਾਸੀ ਸ਼ਬਦ ਦਾ ਪੁਲਿੰਗ ਚੁਣੋ। ਮਾਸੀ ਦਾ ਪੁਲਿੰਗ ਹੋ ਗਿਆ ਮਾਸੜ। ਇਹ ਕੁਐਸਚਨ ਇੰਸਪੈਕਟਰ ਗ੍ਰੇਡ 1 ਦੇ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਨੈਕਸਟ ਹੈ ਉੱਲੂ ਦਾ ਲਿੰਗ ਬਦਲ ਕੇ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਠੀਕ ਹੈ? ਉੱਲੂ ਦਾ ਲਿੰਗ ਹੁੰਦਾ ਬਤੋਰੀ, ਤਾਂ ਆਂਸਰ ਆ ਗਿਆ ਬਤੋਰੀ। ਇਹ ਕੁਐਸਚਨ ਫੀਲਡ ਆਫਿਸਰ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਨੈਕਸਟ ਹੈ ਮਰਾਸੀ ਸ਼ਬਦ ਦਾ ਇਸਤਰੀ ਲਿੰਗ ਚੁਣੋ। ਮਰਾਸੀ ਸ਼ਬਦ ਦਾ ਇਸਤਰੀ ਲਿੰਗ ਹੁੰਦਾ ਮਰਾਸਨ। ਇਹ ਕੁਐਸਚਨ ਕਲਰਕ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਤਾਂ ਇਹ ਸੀ ਆਪਣੇ ਕੋਲ ਲਿੰਗ ਦੇ ਪ੍ਰੀਵੀਅਸ ਈਅਰ ਕੁਐਸਚਨਸ। ਹੁਣ ਆਪਾਂ ਨੈਕਸਟ ਕਰਦੇ ਹਾਂ ਵਚਨ। ਵਚਨ ਹੁੰਦਾ ਜਿਹਦੇ ਰਾਹੀਂ ਆਪਾਂ ਨੂੰ ਇੱਕ ਜਾਂ ਬਹੁਤੀਆਂ ਚੀਜ਼ਾਂ ਦੇ ਵਿੱਚ ਫਰਕ ਪਤਾ ਲੱਗਦਾ ਹੈ। ਤਾਂ ਆਪਾਂ ਦੇਖਦੇ ਹਾਂ ਕਿ ਇਸ ਰਿਲੇਟਿਡ ਪੰਜਾਬ ਦੇ ਪ੍ਰੀਵੀਅਸ ਈਅਰ ਐਗਜ਼ਾਮਸ ਦੇ ਵਿੱਚ ਕਿਹੜੇ ਕੁਐਸਚਨ ਪੁੱਛੇ ਜਾ ਚੁੱਕੇ ਹੈ। ਜਿਹੜੇ ਸ਼ਬਦ ਇੱਕ ਜਾਂ ਬਹੁਤੀਆਂ ਚੀਜ਼ਾਂ ਦੇ ਭੇਦ ਨੂੰ ਪ੍ਰਗਟ ਕਰਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਉਹਨਾਂ ਨੂੰ ਵਚਨ ਕਿਹਾ ਜਾਂਦਾ ਹੈ। ਨੈਕਸਟ ਹੈ ਰਾਣੀ ਸ਼ਬਦ ਦਾ ਸਹੀ ਬਹੁਵਚਨ ਦੱਸੋ। ਰਾਣੀ ਦਾ ਰਾਣੀਆਂ। ਇਹ ਕੁਐਸਚਨ ਜ਼ਿਲ੍ਹੇਦਾਰ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਨੈਕਸਟ ਹੈ ਮੋਮਬੱਤੀ ਬੁੱਝ ਗਈ ਹੈ ਵਾਕ ਦਾ ਸਹੀ ਬਹੁਵਚਨ ਦੱਸੋ। ਤਾਂ ਆਪਾਂ ਕਵਾਂਗੇ ਜਾਂ ਫਿਰ ਤਾਂ ਇੱਕ ਮੋਮਬੱਤੀ ਬੁੱਝ ਗਈ ਹੈ ਜਾਂ ਫਿਰ ਮੋਮਬੱਤੀਆਂ ਬੁੱਝ ਗਈਆਂ ਹਨ। ਤਾਂ ਇਸਦਾ ਆਂਸਰ ਆ ਗਿਆ ਸੱਸਾ। ਇਹ ਕੁਐਸਚਨ ਵੀ ਜ਼ਿਲ੍ਹੇਦਾਰ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਨੈਕਸਟ ਹੈ ਹੇਠਾਂ ਲਿਖਿਆ ਸ਼ਬਦਾਂ ਵਿੱਚੋਂ ਇੱਕ ਵਚਨ ਚੁਣੋ। ਹੁਣ ਦੇਖੋ ਫਸਟ ਹੈ ਫਲ। ਫਲ ਇੱਕ ਵੀ ਹੋ ਸਕਦਾ, ਬਹੁਤ ਵੀ ਹੋ ਸਕਦਾ, ਤਾਂ ਕਰਕੇ ਆਪਾਂ ਇੱਕ ਵਚਨ ਨਹੀਂ ਕਹਿ ਸਕਦੇ। ਫਰਨੀਚਰ, ਇਹਦੇ ਵਿੱਚ ਵੀ ਇੱਕ ਵੀ ਹੋ ਸਕਦਾ, ਇੱਕ ਚੀਜ਼ ਵੀ ਹੋ ਸਕਦੀ ਹੈ, ਅਤੇ ਬਹੁਤ ਸਾਰੀਆਂ ਚੀਜ਼ਾਂ ਵੀ ਹੋ ਸਕਦੀਆਂ, ਤਾਂ ਇਹ ਵੀ ਇੱਕ ਵਚਨ 'ਚ ਨਹੀਂ ਆਏਗਾ। ਮੁੰਡੇ, ਇਹ ਬਹੁਵਚਨ ਹੈ, ਤਾਂ ਆਪਣੇ ਕੋਲ ਬੱਚਿਆ ਘੋੜਾ, ਘੋੜਾ ਕੀ ਹੈ? ਇੱਕ ਵਚਨ। ਇਹ ਕੁਐਸਚਨ ਸੀਨੀਅਰ ਅਸਿਸਟੈਂਟ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਨੈਕਸਟ ਹੈ ਹੇਠ ਲਿਖੇ ਵਾਕ ਦੇ ਬਚਨ ਬਦਲ ਕੇ ਸਹੀ ਵਿਕਲਪ ਚੁਣੋ। ਚਿੜੀ ਚੀ ਚੀ ਕਰ ਰਹੀ ਹੈ। ਹੁਣ ਇੱਥੇ ਇੱਕ ਚਿੜੀ ਦੀ ਗੱਲ ਹੋ ਰਹੀ ਹੈ, ਬਟ ਜੇ ਆਪਾਂ ਜ਼ਿਆਦਾ ਬਾਰੇ ਕਹਿਣਾ ਹੋਵੇ ਤਾਂ ਆਪਾਂ ਕੀ ਕਹਾਂਗੇ? ਚਿੜੀਆਂ ਚੀ ਚੀ ਕਰ ਰਹੀਆਂ ਹਨ। ਤਾਂ ਇਸ ਦਾ ਆਂਸਰ ਆ ਗਿਆ ਈਡੀ ਆਪਸ਼ਨ। ਇਹ ਕੁਐਸਚਨ ਵੇਰਕਾ ਕਲਰਕ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਨੈਕਸਟ ਹੈ ਹਵਾ ਸ਼ਬਦ ਦਾ ਸਹੀ ਬਹੁਵਚਨ ਦੱਸੋ। ਹਵਾ ਦਾ ਬਹੁਵਚਨ ਹੋ ਗਿਆ ਹਵਾਵਾਂ। ਇਹ ਕੁਐਸਚਨ JEE ਦੇ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਨੈਕਸਟ ਹੈ ਹੈ ਸ਼ਬਦ ਦਾ ਸਹੀ ਬਹੁਵਚਨ ਦੱਸੋ। ਹੈ ਦਾ ਬਹੁਵਚਨ ਬਣ ਗਿਆ ਹਨ। ਇਹ ਕੁਐਸਚਨ ਕਲਰਕ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਨੈਕਸਟ ਹੈ ਖੱਡ ਸ਼ਬਦ ਦਾ ਬਹੁਵਚਨ ਕੀ ਹੈ? ਖੱਡ ਦਾ ਬਹੁਵਚਨ ਹੈ ਖੱਡਾਂ। ਇਹ ਕੁਐਸਚਨ ਅਸਿਸਟੈਂਟ ਸੇਲਸ ਆਫਿਸਰ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਨੈਕਸਟ ਹੈ ਪੱਤਾ ਸ਼ਬਦ ਦਾ ਬਹੁਵਚਨ ਕੀ ਹੈ? ਪੱਤਾ ਸ਼ਬਦ ਦਾ ਬਹੁਵਚਨ ਹੈ ਪੱਤੇ। ਹੁਣ ਆਪਾਂ ਇੱਥੇ ਇਸ ਵੀਡੀਓ ਦਾ ਐਂਡ ਕਰਦੇ ਹਾਂ। ਇਸ ਵਿੱਚ ਆਪਾਂ ਲਿੰਗ ਅਤੇ ਵਚਨ ਬਾਰੇ ਪੜ੍ਹਿਆ। ਇਸ ਵੀਡੀਓ ਵਿੱਚ ਇੰਨਾ ਹੀ। ਹੁਣ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਨੈਕਸਟ ਵੀਡੀਓ ਵਿੱਚ ਆਪਾਂ ਮੁਹਾਵਰੇ ਪੜ੍ਹਾਂਗੇ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰਨਾ ਨਾ ਭੁੱਲਿਓ। ਅਤੇ ਜੇਕਰ ਤੁਸੀਂ ਸਾਡੇ ਚੈਨਲ ਦੀ ਸਟੱਡੀ ਮੀਟਰ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ, ਅਤੇ ਨਾਲ ਹੀ ਇੱਕ ਬੈੱਲ ਆਈਕਨ ਹੈ ਉਸਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਲੇਟੈਸਟ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲਦੀਆਂ ਰਹਿਣ। ਥੈਂਕ ਯੂ।